ਕੁੜੀ ਜੀ ਹੈਗੀ ਆ ਮੇਰੇ ਪਿੱਛੇ ਯਾਰ, ਉਹ ਬੜਾ ਤੰਗ ਜਿਹਾ ਕਰਦੀ ਆ। ਮੇਰੀ ਲਾਈਫ ਮੈਂ ਜੋ ਮਰਜ਼ੀ ਕਰਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਨਾ ਆਪਾਂ ਬਹੁਤ ਘੈਂਟ ਪ੍ਰੈਂਕ ਲੈ ਕੇ ਆਏ ਤੁਹਾਡੇ ਵਾਸਤੇ। ਤੁਸੀਂ ਕਹਿੰਦੇ ਹੋਵੋਗੇ ਹਰਸ਼ ਤਾਂ ਨਾਲ ਬੈਠਾ, ਅੱਜ ਪ੍ਰੈਂਕ ਕਿਹਨੇ ਕਰਨਾ ਵਾ? ਅੱਜ ਪ੍ਰੈਂਕ ਆਪਾਂ ਘਰਦਿਆਂ ਦੇ ਕਰਨਾ ਵਾ, ਤੁਸੀਂ ਦੇਖੀ ਚੱਲਿਓ। ਆਹ ਦੇਖੋ ਟੈਡੀ ਆ ਆਪਣੇ ਕੋਲੇ, ਬਹੁਤ ਸੋਹਣਾ। ਤੇ ਆਪਾਂ ਇਹ ਖਰੀਦ ਕੇ ਲਿਆਏ ਆ, ਹੋਰ ਨਾ ਕੁਛ ਸੋਚ ਲਿਓ, ਇਹ ਆਪਾਂ ਖਰੀਦ ਕੇ ਲਿਆਏ ਆ ਬਾਜ਼ਾਰ ਤੋਂ। ਕਾਹਦੇ ਲਈ ਖਰੀਦਿਆ ਤੁਹਾਨੂੰ ਸਮਝ ਆ ਹੀ ਗਈ ਹੋਣੀ ਆ। ਹਾਂ, ਬਾਕੀ ਤੁਸੀਂ ਥੰਬਨੇਲ ਪਤਾ ਲਗਾਈ ਦੇ ਆਉਣਾ ਦੇਖ ਕੇ। ਮਤਲਬ ਹਾਂਜੀ, ਕਾਹਦੇ ਲਈ ਖਰੀਦਿਆ ਵੀਰੇ ਦੱਸ? ਪ੍ਰੈਂਕ ਲਈ? ਨਹੀਂ ਨਹੀਂ, ਦੂਜਾ ਰੀਜ਼ਨ ਦੱਸ, ਸਹੀ ਰੀਜ਼ਨ ਦੱਸ। ਸਹੀ ਰੀਜ਼ਨ ਤਾਂ ਇਹ ਵੀ ਘਰੇ ਸਜਾਵਟ ਲਈ, ਸ਼ੋਅ ਲਈ, ਮਤਲਬ ਵਧੀਆ ਲੱਗਦਾ ਆ। ਕਿਸੇ ਦੇ ਘਰੇ ਫਿਰ? ਨਹੀਂ, ਕਿਸੇ ਦੇ ਘਰੇ ਨਹੀਂ। ਭਾਈ ਸਾਹਿਬ ਆਪਣੇ ਕੋਲ ਇੱਕ ਫਲਾਵਰ ਹੈ ਤੇ ਇੱਕ ਆਪਣੇ ਕੋਲ ਆ ਟੈਡੀ, ਠੀਕ ਆ? ਤੇ ਇਹ ਆਪਾਂ ਵਧੀਆ ਕਰਦੇ ਆ ਉਹਨਾਂ ਚ ਇੱਕ ਫਨੀ ਜਾਣਾ, ਇੱਥੇ ਲੈਟਰ ਲਿਖਦੇ ਆ, ਲਾਈਟਰ ਲਾਈਟਰ ਲੈਟਰ ਲਿਖਦੇ ਆ, ਲੈਟਰ ਲਿਖਦੇ ਆ। ਪੈਨ ਦੇ, ਪੈਨ ਆ ਰਿਹਾ ਪਿਆ, ਪੈਨ ਹੁਣੇ ਲਿਖਦੇ ਆ। ਆ ਲਓ ਪੈਨ, ਤੇ ਆਪਾਂ ਇੱਥੇ ਲੈਟਰ ਲਿਖਦੇ ਆ। ਮੈਂ ਲਿਖਦਾ, ਤੂੰ ਗੱਲਬਾਤ ਟੈਡੀ, ਉਮੀਦ ਕਰਦੇ ਤੁਹਾਨੂੰ ਪਸੰਦ ਆਊਗਾ, ਠੀਕ ਆ? ਮੇਰੇ ਤੋਂ ਹੁਣ ਵੇਟ ਨੀ ਹੁੰਦੀ, ਆਪਣੇ ਘਰ ਦੇ ਤਾਂ ਮੰਨ ਨੀ ਰਹੇ। ਲਾਈਟਰ ਜੀ ਆ ਦੇਖੋ, ਲਾਈਟਰ ਲਿਖਤਾ ਕੀ ਹੋਏ, ਨਕਲੀ ਲੈਟਰ ਲਿਖਿਆ ਤੇ ਨਕਲੀ ਹਾਸਾ ਫਿਰ। ਲਾਈਟਰ ਹੌਲੀ ਹੌਲੀ ਬਾਈ, ਪਤਾ ਕੀ ਬਾਈ, ਲਾਈਟਰ ਲਿਖ, ਇਦਾਂ ਵਾਲੀ ਲਾਈਟਰ ਨਹੀਂ ਲਿਖਣਾ ਬਾਈ ਜੀ, ਲੈਟਰ ਲਿਖੋ ਜਿਵੇਂ ਆਪਾਂ ਕੁੜੀਆਂ ਨੂੰ ਲਿਖਦੇ ਹੁੰਦੇ ਆ, ਕੁੜੀਆਂ ਨੂੰ ਲਿਖਦੇ ਹੁੰਦੇ ਆ ਜਿਵੇਂ। ਡੇਰਿੰਗ ਪਾਇਲਟ ਹੋ ਜੋ ਬੋਨਸ ਗ੍ਰੈਬ ਕਰਦਾ ਉਹਦੇ ਉੱਡਣ ਤੋਂ ਪਹਿਲਾਂ, ਪਰ ਤੁਹਾਨੂੰ ਇਹਦੇ ਵਿੱਚ ਸਾਵਧਾਨ ਰਹਿਣਾ ਪੈਣਾ ਕਿਉਂਕਿ ਇੰਨਾ ਵੀ ਆਸਾਨ ਨਹੀਂ ਹੈਗਾ ਇਹ। ਤੁਹਾਨੂੰ ਇਹ ਗੇਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਸਾਈਜ਼ ਤੇ ਕੁਇਕ ਹੋਣਾ ਪੈਣਾ। ਮੈਂ ਸ਼ੇਅਰ ਕਰੂੰਗਾ ਸਕਸੈਸਫੁਲ ਸਟ੍ਰੈਟੇਜੀ ਇਸ ਗੇਮ ਨੂੰ ਖੇਡਣ ਦਾ, ਤੇ ਮੈਂ ਪਹਿਲਾਂ ਇਹਦੇ ਵਿੱਚ ਲਾਉਣਾ 2000 ਰੁਪਈਆ 1.5 ਦੇ ਹਿਸਾਬ ਨਾਲ, ਤੇ ਮੈਂ ਵੇਟ ਕਰੂੰਗਾ ਰਾਊਂਡ ਦੇ ਸਟਾਰਟ ਹੋਣ ਦਾ। ਤੇ ਗੇਮ ਯਾਰ ਸਟਾਰਟ ਹੋ ਚੁੱਕੀ ਆ, ਪਾਇਲਟ ਵੀ ਟੇਕ ਆਫ ਕਰ ਚੁੱਕਿਆ। ਤੁਹਾਨੂੰ ਯਾਰ ਇਹ ਪੂਰੇ ਤਰੀਕੇ ਨਾਲ ਖੇਡਣਾ ਪੈਣਾ, ਇਮੋਸ਼ਨਲੀ, ਜਿਵੇਂ ਤੁਸੀਂ ਸੱਚੀ ਵੀ ਖੇਡ ਰਹੇ ਹੋ ਯਾਰ ਇਹ ਗੇਮ ਨੂੰ। ਤੁਸੀਂ ਦੇਖਿਆ ਕੋਈ ਵੀ ਕੰਪਲੀਕੇਟਡ ਨਹੀਂ ਹੈਗਾ ਯਾਰ, ਮੈਂ ਜਿੱਤ ਲਿਆ ਹੋਇਆ ਇਸ ਰਾਊਂਡ ਨੂੰ। ਤੇ ਚਲੋ ਮੈਂ ਫਟਾਫਟ ਦੂਜਾ ਰਾਊਂਡ ਵੀ ਸਟਾਰਟ ਕਰ ਦਿੰਦਾ। ਇੱਥੇ ਮੈਂ ਫੇਰ 2000 ਰੁਪਈਆ ਲਾਇਆ 1.5 ਦੇ ਹਿਸਾਬ ਨਾਲ, ਤੇ ਆਹ ਮੈਂ ਕਲਿੱਕ ਕੀਤਾ, ਤੁਸੀਂ ਦੇਖ ਸਕਦੇ ਹੋ ਇਹ ਵੀ ਰਾਊਂਡ ਮੈਂ ਜਿੱਤ ਚੁੱਕਿਆ। ਲੱਕੀ ਜੈਟ ਇੱਕ ਗੇਮ ਨਹੀਂ ਹੈਗੀ ਯਾਰ, ਐਕਸਾਈਟਮੈਂਟ ਆ ਹਰੇਕ ਅਵਾਰਡ ਨੂੰ ਆਪਣੇ ਕੋਲ ਲੈਣ ਦੀ। ਹੁਣ ਮੈਂ ਕਨਵੀਨੀਅੰਟ ਮੈਥਡ ਯੂਜ਼ ਕਰੂੰਗਾ ਆਪਣੀ ਸਾਰੀ ਅਮਾਊਂਟ ਨੂੰ ਬੈਂਕ ਅਕਾਊਂਟ ਦੇ ਵਿੱਚ ਲਿਆਉਣ ਨੂੰ। ਆਹ ਮੈਂ ਕਲਿੱਕ ਕੀਤਾ, ਮੈਂ ਸਿਲੈਕਟ ਕੀਤਾ, ਤੁਸੀਂ ਹੁਣ ਦੇਖ ਸਕਦੇ ਹੋ ਮੇਰੀ ਸਾਰੀ ਅਮਾਊਂਟ ਜਿਹੜੀ ਮੇਰੇ ਬੈਂਕ ਅਕਾਊਂਟ ਦੇ ਵਿੱਚ ਆ ਚੁੱਕੀ ਆ। ਲੱਕੀ ਜੈਟ ਇੱਕ ਯਾਰ ਬਹੁਤ ਵਧੀਆ ਵੇ ਆ ਪ੍ਰਾਈਜ਼ ਜਿੱਤਣ ਦਾ, ਇਹਨੂੰ ਬਿਲਕੁਲ ਵੀ ਮਿਸ ਨਾ ਕਰੋ, ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ, ਤੇ ਮੇਰਾ ਪ੍ਰੋਮੋ ਕੋਡ ਯੂਜ਼ ਕਰੋ ਤੇ ਤੁਹਾਨੂੰ ਬਹੁਤ ਵਧੀਆ ਬੋਨਸ ਮਿਲਣਗੇ ਮੇਰੀ ਤਰਫ ਤੋਂ। ਚਲੋ ਹੁਣ ਆਪਾਂ ਵੀਡੀਓ ਵੱਲ ਵੱਧਦੇ ਹਾਂ। ਇੱਥੇ ਲਿਖ ਹਾਏ ਅਮਨ ਮਾਈ ਲਵ। ਬਸ ਬਾਈ ਬਹੁਤ ਘੈਂਟ ਘੈਂਟ ਆਪਾਂ ਚੀਜ਼ਾਂ ਇੱਥੇ ਲਿਖਣ ਲੱਗੇ ਆ, ਪ੍ਰੈਂਕ ਬਹੁਤ ਘੈਂਟ ਪੇਜ ਬਦਲ ਯਾਰ, ਇੱਦਾਂ ਲਿਖ ਕਿਉਂ ਕਹਿਣਾ ਜਿਹੋ ਜਿਹੀ ਰਾਈਟਿੰਗ ਲਿਖ ਕਹਿੰਦਾ, ਇੱਦਾਂ ਲਿਖਣਾ ਜਿਵੇਂ ਹਾਏ ਅਮਨ ਹਨਾ, ਇੱਦਾਂ ਲਿਖ ਕੇ ਇੱਦਾਂ ਵੀ ਅੱਜ ਕੱਲ ਲੋਕ ਲਿਖਦੇ ਆ। ਫੇਰ ਕਿੱਦਾਂ ਲਿਖਦੇ ਆ ਵਧੀਆ ਲੋਕ ਅੱਜ ਕੱਲ? ਜਿਹੜਾ ਲਾਈਟਰ ਹੁੰਦੇ ਲਾਈਟਰ, ਅੱਜ ਤੱਕ ਆਪਾਂ ਦਿਵਾਲੀ ਤੇ ਲੈਟਰ ਹੀ ਚਲਾਇਆ ਨਾ, ਤਾਂ ਕਰਕੇ ਆਪਾਂ ਲੈਟਰ ਹੁੰਦੇ ਆ ਨਾ ਉਹ, ਇੱਦਾਂ ਅੱਜ ਕੱਲ ਲਿਖਦੇ ਆ ਲੋਕ ਜਿਵੇਂ ਇੱਦਾਂ ਕਰਕੇ। ਹੇ ਅਮਨ ਪੂਰਾ ਭੇਤਾ ਤੂੰ ਇਹਦੇ ਨਾਲ ਹੀ ਭਰ, ਗਿਫਟ ਨਾਲ ਇੱਦਾਂ ਹੁੰਦਾ ਯਾਰ, ਗਿਫਟ ਨਾਲ ਇੱਦਾਂ ਹੁੰਦਾ।
ਨਹੀਂ ਆਪਾਂ ਫਨੀ ਤਰੀਕੇ ਨਾਲ ਲਿਖਣਾ ਨਾ, ਇਹ ਤਾਂ ਚੱਲ ਠੀਕ ਆ, ਇੱਕ ਇਹ ਵੀ ਠੀਕ ਆ, ਬੜਾ ਗੰਦਾ ਹੋ ਗਿਆ, ਇੱਕ ਇਹ ਵੀ ਠੀਕ ਆ, ਆਪਾਂ ਐਂ ਲਿਖਣਾ ਵਾ ਵੀ ਮੇਰੇ ਘਰ ਦੇ ਯਾਰੀ ਕਹਿੰਦੀ ਤਾਂ ਹੁਣ ਦੇਖ ਲਈ ਕੀ ਕਹਿੰਦਾ। ਹਾਂ ਗੈਰੀ, ਹੈਲੋ, ਹਾਂ ਹਾਂ ਲੁਧਿਆਣੇ ਕਿ ਜਗਰਾਈ ਹੈ ਨਾ, ਲੁਧਿਆਣੇ ਜਾਣਾ, ਲੁਧਿਆਣੇ, ਹਾਂ ਹਾਂ ਬਾਕੀ ਕਰ ਗਿਆ ਮੈਂ, ਓਕੇ ਬਾਕੀ ਤਾਂ ਦੇਖ ਲਾਂਗੇ ਮੌਕੇ ਤੇ, ਹੁਣ ਦੇਖਿਓ ਉਹਦਾ ਦੇਖਿਓ ਕਦੋਂ ਇਹ, ਹੁਣ ਕਹਿੰਦਾ ਨਾ ਆ ਗਿਆ, ਇਹਨੂੰ ਮੈਂ ਉਹੀ ਕਹਿਤਾ ਵੀ ਲੁਧਿਆਣੇ ਜਾਣਾ ਵਾ ਤੇ ਫਿਰ ਉਹ ਤਾਂ ਕਰਕੇ ਆਉਂਦਾ ਪਿਆ, ਉਦਾਂ ਆਉਂਦਾ ਹੀ ਨਹੀਂ ਸੀਗਾ, ਦੁਖੀ ਕਰਦਾ ਤਾਂ ਕਹਿੰਦਾ ਮੈਂ ਆਉਂਦਾ ਵਾ, ਉਹਨੂੰ ਕਹਿਤਾ ਵੀ ਲੁਧਿਆਣੇ ਜਾਣਾ ਵਾ, ਬਈ ਮੇਰੇ ਨਾਲ ਵੀ ਕਰਦਾ ਹੁੰਦਾ ਪ੍ਰੈਂਕ, ਲੁਧਿਆਣੇ ਜਾ ਕੇ ਮੁੱਕਰ ਜਾਂਦਾ ਵਾ 80 ਰੁਪਿਆ ਤੇ ਬ੍ਰੇ ਦੁਬਾਰਾ ਕਰ ਐਦ ਕਿ ਇਹਨੂੰ 1 ਲੱਖ ਰੁਪਇਆ ਦੇਣਾ ਵਾ ਸੱਚੀ ਖਰਚਾਂ ਲਈ। ਉਦੋਂ ਪਤਾ ਕੀ ਚੱਕਰ ਸੀਗਾ, ਹਾਂ ਉਦੋਂ ਜਿਹੜੇ ਉਹ ਪੈਸੇ ਸੀਗੇ ਉਹ ਕਿਸੇ ਹੋਰ ਚੀਜ਼ ਦੇ ਸਾਂਭੇ ਸੀਗੇ, ਉਹ ਕੰਮ ਹੁਣ ਹੋ ਚੁੱਕੇ। ਬਾਈ 1 ਲੱਖ ਰੁਪਏ ਤੋਂ ਬਾਅਦ ਕੁਛ ਬੋਲਿਆ ਹੀ ਨਹੀਂ, ਨਿੱਛ ਆ ਗਈ ਤੈਨੂੰ, ਛਿੱਕ ਸੋਰੀ, ਨਿੱਛ ਤੁਸੀਂ ਦੱਸੋ ਛਿੱਕ ਕਹਿੰਦੇ ਜਾਂ ਨਿੱਛ ਕਹਿੰਦੇ ਹੋ? ਹੇ ਅਮਨ, ਉਸ ਤੋਂ ਬਾਅਦ ਹੇ ਅਮਨ, ਹੇ ਅਮਨ, ਬੈਟਿੰਗ ਵਾਲੀ ਸੋਣੀ ਵੀ ਇਗਨੋਰ ਕਰੋ, ਉਮੀਦ ਆ ਵੀ ਤੁਹਾਨੂੰ ਤੈਨੂੰ ਮੇਰਾ ਹਨਾ ਜਿਹੜਾ ਗਿਫਟ ਆ, ਹਾਂ ਪੰਜਾਬੀ ਚ ਲਿਖ ਦਿਓ, ਮੰਮੀ ਨੂੰ ਬੜਾ ਸਮਝ ਵੀ ਆ ਜਾਵੇ, ਹਾਂ ਮੰਮੀ ਨੂੰ ਬੜਾ ਪਤਾ ਲੱਗਣਾ ਯਾਰ, ਤੂੰ ਆਪ ਤੋਂ ਹੀ ਪੜ੍ਹਨਾ ਵਾ ਇਹ, ਤੂੰ ਆਪਦੇ ਹਿਸਾਬ ਨਾਲ ਲਿਖ ਦੇ, ਠੀਕ ਆ ਅਮਨ। ਅਮਨ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਗਿਫਟ ਪਸੰਦ ਆਣਗੇ, ਤੇ ਮੇਰੇ ਘਰ ਦੇ ਬਹੁਤ ਸਟ੍ਰਿਕਸ ਆ ਹਨਾ, ਸਟ੍ਰਿਕਸ ਸਟ੍ਰਿਕਾ, ਤੇ ਆਪਾਂ ਭੱਜ ਜਾਂਦੇ ਆ, ਮੈਂ ਮਰ ਜੂ ਤੁਹਾਡੇ ਬਿਨਾ ਗਿਫਟ, ਜੇ ਤੁਸੀਂ ਮੈਨੂੰ ਦੁਬਾਰਾ ਮੇਰਾ ਗਿਫਟ ਨਾ, ਮੈਨੂੰ ਗਿਫਟ ਦੇ ਪੈਸੇ ਨਾ ਭੇਜੇ ਜੇ, 1000 ਰੁਪਏ ਦਾ ਟੈਡੀ ਆ ਤੇ 50 ਰੁਪਏ ਦਾ ਫੁੱਲ ਹੈ, ਮੈਨੂੰ ਪਲੀਜ਼ ਇਹਦੇ ਪੈਸੇ ਪਾ ਦੇ, ਐ ਲਿਖਦੀ ਬੇਟਾ ਮਰ ਜਾਊਗੀ ਮੈਨੂੰ ਇਹ। ਬਸ ਠੀਕ ਆ ਬਾਈ, ਇਹ ਲੈਟਰ ਲਿਖਦਾ ਵਾ ਗਿਫਟ ਬਹੁਤ ਘਰ ਦਿਆਂ ਤੋਂ ਪੈਸੇ ਚੋਰੀ ਕਰਕੇ ਦਿੱਤੇ ਹਨ, ਮੈਨੂੰ ਪੈਸੇ ਗੂਗਲ ਪੇ ਕਰ ਦਿਓ ਫਟਾਫਟ, ਮੇਰੇ ਸਾਰੇ ਘਰ ਦੇ ਮੇਰੇ ਮਗਰ ਪਏ ਹੋਏ ਹਨ, ਕੀੜੀਆਂ ਲਪੇੜ ਕੇ ਛੱਡੀਆਂ ਵੀ ਬਹੁਤ ਮਤਲਬ ਸਹੀ ਜੇ ਲਿਖਤੇ, ਮੈਨੂੰ ਸਮਝ ਆਈ ਜਾਣੇ ਆ ਕੀ ਆ ਕੀ ਨਹੀਂ ਹਨਾ। ਹਾਂ ਬਸ ਠੀਕ ਆ ਬਾਈ, ਹੁਣ ਆਪਾਂ ਚੱਲਦੇ ਆ ਪ੍ਰੈਂਕ ਵੱਲ, ਵੱਧਦੇ ਆ, ਜਿਹਨੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਆਲ ਤੇ ਕਰ ਲਓ, ਇਦਾਂ ਦੇ ਘੈਂਟ ਘੈਂਟ ਵੀਡੀਓਸ ਵੇਖਣ ਲਈ, ਪਿੱਛੇ ਲਿਖਦਾ ਮੈਂ ਕੁਛ ਕੀ ਕਹਦਾ, ਕਹਿੰਦੀ ਸਹੀ ਡਾਕਟਰ ਆ। ਚਲੋ ਬਾਈ ਹੁਣ ਆਪਾਂ ਪ੍ਰੈਂਕ ਵੱਲ ਵੱਧਦੇ, ਹੁਣ ਕੈਮਰਾ ਟਕਾਈਏ ਕਿਤੇ ਜਾ ਕੇ ਲੁਕੋ ਕੇ, ਜੇ ਮਸਾਂ ਲੁਕੋ ਕੇ ਲੈ ਕੇ ਆਏ ਆ ਬਾਈ, ਲੈਟਰ ਆ ਰਿਹਾ, ਕੱਪੜੇ ਨਹੀਂ ਦਿਖਾਉਣੇ ਅੰਦਰ ਕੀ ਪਿਆ, ਠੀਕ ਆ ਹੁਣ ਫਿਰ ਮੈਂ ਕਿਵੇਂ ਕਰਾਂ, ਮੈਨੂੰ ਦੱਸ ਦੇ ਤੂੰ, ਬਸ ਮੰਮੀ ਨੂੰ ਜਾ ਕੇ ਪਤਾ ਹੀ ਨਾ ਇਹ ਫੜ ਲੈ ਇੱਦਾਂ ਕਰਕੇ, ਲੁਕੋ ਕੇ ਨਹੀਂ ਪਤਾ ਲੱਗੇ ਮੰਮੀ ਨੂੰ ਵੀ ਮੰਮੀ ਮੇਰੇ ਮੇਰੀ ਜੈਕਟ ਤੁਸੀਂ ਉੱਥੇ ਰੱਖੀ ਸਦਲੇ ਗਾ ਉੱਥੇ ਬੈੱਡ 'ਚ, ਮੈਂ ਹੁਣ ਕਦੋਂ ਕਰੀ ਜਾਂਦਾ ਹਨਾ ਵੀ ਤੂੰ ਐਂ ਥੱਲੇ ਕਰਕੇ ਕੰਮ ਕੈਮਰਾ ਕਰ ਲੈਣਾ, ਪਤਾ ਨਾ ਲੱਗੇ ਮੰਮੀ ਨੂੰ, ਤੂੰ ਕਹਿਣਾ ਮੰਮੀ ਤੂੰ ਮੇਰਾ ਜੈਕਟ ਲੁਕੋਈ ਸੀਗੀ, ਲੁਕੋਈ ਨਹੀਂ ਸੀਗੀ ਮਤਲਬ ਰੱਖੀ ਸੀਗੀ ਬੈੱਡ 'ਚ, ਤੂੰ ਮੈਨੂੰ ਲੱਭ ਕੇ ਦਿਓ ਸਿੰਗਲ ਜਿਹਾ, ਮੰਮੀ ਤਾਂ ਉਧਰ ਆ, ਮੰਮੀ ਤਾਂ ਉਧਰ ਆ, ਮਾਮੀ ਮੇਰੀ ਜੈਕਟ ਕਹਾਂ ਹੈ, ਮਾਮੀ
ਮੈਂ ਲੈ ਕੇ ਆਉਣਾ ਸਟੈਂਡ ਜਿਹਾ, ਉੱਥੇ ਫੋਨ ਟਕਾਉਂਦੇ ਹਾਂ। ਪਨੀਰ ਸੁਪਰ ਸਟਾਰ ਬਣ ਗਿਆ ਅੱਜ ਤਾਂ ਮੈਂ, ਅੱਗੇ ਤਾਂ ਵਾਹਲਾ ਕੋਈ ਕਹਿ ਦਿੰਦਾ ਤਾਂ ਕਹਿ ਦਿੰਦਾ ਮਾਮੇ ਮੇਰੇ ਕੁੱਤੇ ਕਾ ਮੂੰਹ ਦਬੀਨਾ ਹੈ, ਉਹ ਏਦਾਂ ਕਹਿ ਦਿੰਦਾ ਪਨੀਰ ਸੁਪਰ ਸਟਾਰ, ਮੈਂ ਏਦਾਂ ਕਹਿ ਰਿਹਾ। ਅੱਛਾ ਇੱਕ ਵਾਰ ਕੀ ਮੰਗੀ ਜਾਂਦਾ ਹੈ, ਲਿਆਓ ਵੈਲੀ ਵੈਲੇ ਕਰਤੇ ਨੀ ਅਸੀਂ ਜਿੱਦੇ ਦੇ ਵਿਗੜੇ ਵੈਲੀ। ਸੱਚੀ ਮਿੱਤਰੋ ਥੋੜੇ ਦਿਨਾਂ ਤੱਕ ਨਾ ਆਪਣਾ ਗਾਣਾ ਆਉਣ ਵਾਲਾ ਵਾ, ਰਿਕਾਰਡ ਆਪਾਂ ਜਾ ਕੇ ਕਰਾਇਆ ਜਾਂਦਾ ਵਾ, ਤੇ ਜਿਹੜਾ ਉਹ ਚੈਨਲ ਤੇ ਆਉਣਾ ਵਾ ਗਾਣਾ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਕਿਉਂਕਿ ਹਰਸ਼ ਜਗਰਾਉਂ ਚੈਨਲ ਦਾ ਨਾਮ ਆ, ਜਾ ਕੇ ਪਲੀਜ਼ ਸਬਸਕ੍ਰਾਈਬ ਕਰ ਲਓ, ਕਿ ਉਹਨਾਂ 'ਤੇ ਗਾਣਾ ਆਉਣਾ, ਉਹਨਾਂ 'ਤੇ ਪ੍ਰੀ ਵੈਡਿੰਗ ਆਉਣੀ ਆ। ਦੇਖੋ ਬਈ ਜਮਾਂ ਨਹੀਂ ਪਤਾ ਲੱਗਦਾ ਦੂਰੋਂ ਤਾਂ ਯਾਰ, ਇਹਦੇ ਇਸ ਹਿਸਾਬ ਨਾਲ ਲੁਕੋਇਆ ਹੋਇਆ ਹੈ। ਮੈਂ ਕਿ ਜੈਕਟ ਜਿਹੀ ਨਹੀਂ ਲਾਉਂਦੀ ਯਾਰ, ਕਿੱਥੇ ਆ ਉਹ ਕਾਲੇ ਰੰਗ ਦੀ? ਹਾਂ ਅਲਮਾਰੀ 'ਚ ਹੈ ਨਹੀਂ ਗੀ, ਜਿਹੜੀ ਮੈਂ ਉਦੋਂ ਲੈ ਕੇ ਨਹੀਂ ਆਈਗਾ ਡੈਨਿਮ ਜੈਕਟ ਪਿਛਲੇ ਸਾਲ ਦੋ ਤਿੰਨ, ਹੁਣ ਵੀ ਤੋਂ ਇੱਕ ਨਹੀਂ ਲੱਭ ਰਹੀ, ਉਹ ਮੈਂ ਪਾਉਣੀ ਅੱਜ ਹੋਰ ਰੱਖੀਆਂ ਸੀਗੀਆਂ ਤੁਸੀਂ ਉਦੋਂ ਵਿਆਹ ਵੇਲੇ, ਮੈਂ ਵੀ ਤਾਂ ਹੀ ਕਿਹਾ ਤੁਹਾਨੂੰ, ਦੇਖਿਓ ਮੜੀ ਕਿੱਥੇ ਆ। ਹਾਂ ਕੀ ਹਾਂ ਕੌਣ ਲੈ ਕੇ ਆਇਆ? ਅਮਨ ਦੇ ਕੰਮ ਮੰਮੀ ਇਹ ਸਮਝ ਗਈ, ਤੂੰ ਅਮਨ ਨੇ ਰੱਖਿਆ ਖੁੱਲਾ ਬੈਡ ਦਾ, ਮੈਂ ਤਾਂ ਲੋਕ ਲਾਇਆ ਸੀ। ਦੋਸਤ ਨੇ ਨਾ ਭੇਜਿਆ ਮੰਮੀ, ਮੇਰੀ ਗਲਤੀ ਨਹੀਂ ਮੰਮੀ, ਦੇਖੀ ਮੇਰੀ ਗਲਤੀ ਨਹੀਂ ਮੰਮੀ।
ਅਮਨ ਮੈਨੂੰ ਉਮੀਦ ਹੈ ਤੁਹਾਨੂੰ ਇਹ ਗਿਫਟ ਪਸੰਦ ਆਇਆ ਹੋਵੇਗਾ। ਪੰਜਾਬੀ ਮੀਡੀਅਮ ਵਾਲੇ ਦੱਸਦੀ ਆ ਕੋਈ ਵੀ ਮੈਂ ਤੁਹਾਨੂੰ ਦੇ ਬਿਨਾਂ ਮਰ ਜਾਊਂਗੀ। ਛਿੱਤਰ ਪੇਟ ਬਹੁਤ ਜ਼ਿਆਦਾ ਹੋਣੀ ਆ ਤਾਂ ਮੰਮੀ ਹੌਲੀ ਹੌਲੀ ਜਿਹੇ ਬੋਲੀ ਜਾਂਦੀ ਕਹਿੰਦਾ ਇੰਨਾ ਰਿਐਕਸ਼ਨ ਨਹੀਂ ਦੇ ਰਹੇ ਸੀਗੇ। ਉਦੋਂ ਬਾਅਦ ਡੈਡੀ ਆ ਗਏ ਕਿਹੜੀ ਕੁੜੀ ਆ ਓਏ ਕੀ ਡੈਡੀ ਨੇ ਨਹੀਂ ਜਿਹੜੀ ਗਾਲਾਂ ਕੱਢੀਆਂ ਦੱਸ ਨਹੀਂ ਸਕਦੇ ਕਿਉਂਕਿ ਪਰਿਵਾਰ ਕਿਸੇ ਹੋ ਆਏ ਤੇ ਭਰਾ ਬਹੁਤ ਜੋ ਇਹਦੀ ਜੁੱਤ ਪਰੇਟ ਹੋਣ ਹੀ ਲੱਗੀ ਭੱਜ ਕਿੱਧਰਲੇ ਕਮਰੇ 'ਚ ਆ ਗਿਆ ਦੱਸਦਾ ਵੀ ਦੱਸਦਾ ਵੀ ਆਹ ਕੈਮਰਾ ਲੱਗਿਆ ਬਾਈ ਇਹ ਦੱਸਿਆ ਵੀ ਕੈਮਰਾ ਕੂਮਰਾ ਲੱਗਿਆ ਹੋਇਆ ਸੀ ਸ਼ੁਕਰ ਆ ਪੂਰੇ ਟਾਈਮ ਤੇ ਮੰਨ ਗਿਆ ਵਾ ਵੇਲੇ ਸਾਥ ਸੀ ਮੈਨੂੰ ਵਿੱਚ ਜੇ ਵੀ ਇਹ ਤਾਂ ਆਪ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਡੈਡੀ ਪਸੋ ਲੱਗੇ ਸਵਾਦ ਪੂਰਾ ਆਇਆ ਜਿਹਨੂੰ ਫਸਾ ਕੇ ਚਲੋ ਬਾਈ ਚਲੋ ਵੀਡੀਓ ਲਾਈਕ ਕਰ ਦਿਓ ਯਾਰ ਜੇ ਵਧੀਆ ਲੱਗੀ ਤਾਂ ਇਦਾਂ ਦੇ ਘਣ ਪ੍ਰੈਂਕ ਵੇਖ ਲਈ ਯਾਰ ਬੜਾ ਗਲਤ ਸੀ ਯਾਰ ਮੈਂ ਆਪਦੇ ਦੀ ਪ੍ਰੈਂਕ ਭਾਰੀ ਲੈ ਰਿਹਾ ਇਹਦਾ ਮਹਿਣਾ ਚੰਗੀ ਤਰ੍ਹਾਂ ਇਹਦਾ ਵੈਲੈਂਟਾਈਨ ਮਨਾਇਆ ਜਾਣਾ ਯਾਰ ਜਿਹੜੀ ਨੇ ਲੋਕਾਂ ਦੇ ਉਹ ਹੁੰਦੀਆਂ ਨੇ ਹਿੱਕੀਆਂ ਇਹਦੇ ਪ੍ਰਭ ਜੁੱਤੀਆਂ ਮਾਰ ਦੇਣੀ ਚੱਲ ਚੱਲ ਉਹ ਗਾਣਾ ਕਿਵੇਂ ਸੀਗਾ ਸਾਨੂੰ ਗੁਲਾਬ ਅੱਜ ਤਾਈ ਮਿਲਿਆ ਨਾ ਕਦੇ ਦੁਕਾਨ ਤੋਂ ਲੈ ਕੇ ਆਇਆ ਭਾਜੀ ਤੇ ਚਲੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਕਲੋਨ ਤੇ ਕਰ ਲਓ ਇਦਾਂ ਦੀ ਘਣ ਘਣ ਵੀਡੀਓਜ਼ ਵੇਖਣ ਲਈ ਥੈਂਕ ਯੂ ਸੋ ਮਚ।